10 ਦਿਨਾਂ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਦੋ ਵਾਰ ਚੋਰੀ ਹੋ ਜਾਂਦੀ ਹੈ, ਜਿੱਥੇ ਚੋਰ ਸੀਸੀਟੀਵੀ ਦੀਆਂ ਤਾਰਾਂ ਵੱਢ ਕੇ ਅੰਦਰ ਦਾਖਲ ਹੁੰਦੇ ਨੇ ਤੇ ਲੱਖਾਂ ਰੁਪਏ ਦੀ ਨਕਦੀ ਸਮੇਤ ਬਿਜਲੀ ਦਾ ਕਈ ਸਮਾਨ ਚੁੱਕ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਦੱਸ ਦਈਏ ਕਿ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ, ਜਿੱਥੇ ਪਿਛਲੇ 10 ਦਿਨਾਂ ਦੇ ਵਿੱਚ ਦੂਸਰੀ ਵਾਰ ਚੋਰਾਂ ਨੇ ਦਾਖਲ ਹੋ ਕੇ ਇੱਕ ਫੈਕਟਰੀ ਨੂੰ ਨਿਸ਼ਾਨਾ ਬਣਾਇਆ ਤੇ ਲੱਖਾਂ ਰੁਪਏ ਦੀ ਚੋਰੀ ਕਰਕੇ ਵਾਰਦਾਤ ਨੂੰ ਅੰਜਾਮ ਦੇ ਕੇ ਇਹ ਫਰਾਰ ਹੋ ਜਾਂਦੇ ਨੇ। ਤਾਂ ਚੋਰ ਇੰਨੇ ਸ਼ਾਤਰ ਸੀ ਕਿ ਉਹਨਾਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਸੀਸੀਟੀਵੀ ਕੈਮਰੇ ਦੀਆਂ ਤਾਰਾਂ ਵੀ ਕੱਟ ਦਿੱਤੀਆਂ ਗਈਆਂ ਸੀ। ਤਾਂ ਜਾਣਕਾਰੀ ਅਨੁਸਾਰ ਇਸ ਇਲਾਕੇ ਦੇ ਵਿੱਚ ਲਗਾਤਾਰ ਚੋਰਾਂ ਦੇ ਵੱਲੋਂ ਦਫ਼ਤਰਾਂ ਅਤੇ ਫੈਕਟਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਦੂਸਰੇ ਪਾਸੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਤਾਂ ਫੈਕਟਰੀ ਮਾਲਕ ਨਰੇਸ਼ ਨੇ ਦੱਸਿਆ ਕਿ ਅੱਜ ਸਵੇਰੇ ਜਿਵੇਂ ਉਹ ਫੈਕਟਰੀ ਪਹੁੰਚਦੇ ਨੇ ਤਾਂ ਦੇਖਿਆ ਕਿ ਅੰਦਰ ਸਾਰਾ ਸਮਾਨ ਹੈ ਉਹ ਖਿਲ ਰਿਹਾ ਪਿਆ ਸੀ, ਖਾਸ ਕਰਕੇ ਉਹਨਾਂ ਦੀਆਂ ਮਸ਼ੀਨਾਂ ਨੂੰ ਜੋ ਕਿ ਬਿਜਲੀ ਸਪਲਾਈ ਦੀਆਂ ਤਾਰਾਂ ਸੀ ਉਹ ਵੀ ਚੋਰ ਆਪਣੇ ਨਾਲ ਲੈ ਕੇ ਫਰਾਰ ਹੋ ਗਏ ਸੀ, ਜੋ ਕਿ ਕਾਫੀ ਮਹਿੰਗਾ ਸਮਾਨ ਸੀ ਜੋ ਕਿ ਚੋਰ ਆਪਣੇ ਨਾਲ ਚੁੱਕ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਕਿ ਉਸਦੀ ਫੈਕਟਰੀ ਦੇ ਵਿੱਚ 10 ਦਿਨਾਂ ਪਹਿਲਾਂ ਹੀ ਇੱਕ ਚੋਰੀ ਹੋਈ ਸੀ। ਤਾਂ ਉੱਧਰ ਹੁਣ ਪੁਲਿਸ ਵੀ ਮਾਮਲੇ ਦੇ ਵਿੱਚ ਜੁਟ ਗਈ ਹੈ। ਤਾਂ ਉਹਨਾਂ ਕਿਹਾ ਕਿ ਲਗਾਤਾਰ ਚੋਰੀ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਨੇ ਤੇ ਇਹਨਾਂ ਮਾਮਲਿਆਂ ਨੂੰ ਗੰਭੀਰਤਾ ਦੇ ਨਾਲ ਇਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹਰ ਪਹਿਲੂ ਤੇ ਜਾਂਚ ਕੀਤੀ ਜਾਵੇਗੀ। ਰੇਲਵੇ ਰੋਡ ਬਟਾਲਾ ਮਲਟੀਪਲ ਅਟੈਂਪਟਸ ਵੀ ਹੋਈਆਂ ਨੇ, ਉਹਦੇ ਵਿੱਚ ਚੋਰੀਆਂ ਵੀ ਹੋਈਆਂ ਨੇ, ਕੋਈ ਛੋਟੀ ਹੋ ਜਾਂਦੀ ਹੈ, ਕੋਈ ਥੋੜ੍ਹੀ ਵੱਡੀ ਹੋ ਜਾਂਦੀ ਹੈ। ਤੋ ਕਾਫੀ ਸ਼ਿਕਾਇਤਾਂ ਸਨ, PCR ਨੂੰ ਐਕਟਿਵ ਤੇ ਕੀਤਾ ਸੀ, ਬਟ ਇਹ ਇਫੈਕਟਿਵ ਤੌਰ ਤੇ ਰੁਕ ਨਹੀਂ ਰਹੀ ਤੇ ਉਹਦਾ ਮੈਂ ਇੱਕ ਵਾਰੀ ਆਪ ਜਾਇਜ਼ਾ ਲੈਣਾ ਚਾਹੁੰਦਾ ਸੀ ਕਿ ਇੱਥੇ ਲੋਕੇਸ਼ਨ ਕੀ ਹੈ, ਕਿਸ ਤਰ੍ਹਾਂ ਦੀ ਕਿਹੜੀ ਪੋਕਟ ਦੇ ਵਿੱਚ ਹੁੰਦੀਆਂ ਨੇ ਉਹ ਮੈਂ ਇੱਥੇ ਜਿਹੜੇ ਜਿਨ੍ਹਾਂ ਦੇ ਚੋਰੀ ਕਰਨੇ ਹੋਈਆਂ ਜਾਂ ਅਤੇ ਜਿਹੜੇ ਇਲਾਕੇ ਦੇ ਮੋਹਤਵਰ ਨੇ ਉਹਨਾਂ ਨੂੰ ਨਾਲ ਲਿਜਾ ਕੇ ਸਾਰੇ ਅਸੀਂ ਰਸਤੇ ਦੇਖ ਰਹੇ ਹਾਂ ਕਿ ਪੋਸੀਬਲ ਕਿੱਧਰੋਂ ਵੇ ਆਊਟ ਹੋ ਸਕਦਾ ਉਹਨਾਂ ਦੇ ਆਉਣ ਦਾ ਜਾਂ ਜਾਣ ਦਾ ਰਸਤਾ ਹੋ ਸਕਦਾ, ਉਹ ਦੇਖ ਰਹੇ ਹਾਂ, ਫਿਰ ਉਹਦੇ ਅਕੋਰਡਿੰਗਲੀ ਅਸੀਂ ਪਲੈਨ ਕਰਾਂਗੇ। ਕਿਉਂਕਿ ਇਹ ਕਾਫੀ ਦੇਰ ਤੋਂ ਸ਼ਿਕਾਇਤ ਆ ਜੀ ਅਤੇ ਬੇਸਿਕਲੀ ਇੱਥੇ ਸਾਰੀ ਪੂਰੇ ਬਟਾਲੇ 'ਚ ਲੋਹੇ ਦਾ ਸਮਾਨ ਦਾ ਜਾਂ ਕਾਪਰ ਦਾ ਜਾਂ ਦੂਸਰੇ ਇੰਡਸਟਰੀ ਦਾ ਹੁੰਦਾ, ਉਹਦੇ ਵਿੱਚ ਛੋਟੀ ਚੋਰੀ ਵੀ ਉਹਨਾਂ ਦੇ ਬਿਜ਼ਨਸ ਨੂੰ ਇੱਕ ਦਿਨ ਲਈ ਖਿਲਾਰ ਦਿੰਦੀ ਹੈ। ਜੇ ਕੋਈ ਉਹਦੀ ਤਾਰ ਜਾਂ ਦੂਜਾ ਚੋਰੀ ਹੋ ਜਾਵੇ, ਛੋਟੀ ਚੋਰੀ ਉਹਨਾਂ ਵਾਸਤੇ ਵੱਡੀ ਬਣ ਜਾਂਦੀ ਅਤੇ ਇਸ ਨੂੰ ਜਿਹੜਾ ਵੀ ਲੂਪ ਹੋਲਦਾ ਉਹਨੂੰ ਪਲੱਗ ਇਨ ਕਰਨਾ ਜ਼ਰੂਰੀ ਹੈ ਅਤੇ ਉਹਦੇ ਮੁਤਲਕ ਹੀ ਮੈਂ ਆਪ ਖੁਦ ਦੇਖ ਰਿਹਾ। ਦਸ ਦਿਨਾਂ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਦੋ ਵਾਰ ਚੋਰੀ ਹੋ ਜਾਂਦੀ ਹੈ, ਜਿੱਥੇ ਚੋਰ ਸੀਸੀਟੀਵੀ ਦੀਆਂ ਤਾਰਾਂ ਵੱਢ ਕੇ ਅੰਦਰ ਦਾਖਲ ਹੁੰਦੇ ਨੇ ਤੇ ਲੱਖਾਂ ਰੁਪਏ ਦੀ ਨਕਦੀ ਸਮੇਤ ਬਿਜਲੀ ਦਾ ਕਈ ਸਮਾਨ ਚੁੱਕ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਦੱਸ ਦਈਏ ਕਿ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ, ਜਿੱਥੇ ਪਿਛਲੇ 10 ਦਿਨਾਂ ਦੇ ਵਿੱਚ ਦੂਸਰੀ ਵਾਰ ਚੋਰਾਂ ਨੇ ਦਾਖਲ ਹੋ ਕੇ ਇੱਕ ਫੈਕਟਰੀ ਨੂੰ ਨਿਸ਼ਾਨਾ ਬਣਾਇਆ ਤੇ ਲੱਖਾਂ ਰੁਪਏ ਦੀ ਚੋਰੀ ਕਰਕੇ ਵਾਰਦਾਤ ਨੂੰ ਅੰਜਾਮ ਦੇ ਕੇ ਇਹ ਫਰਾਰ ਹੋ ਜਾਂਦੇ ਨੇ। ਤਾਂ ਚੋਰ ਇੰਨੇ ਸ਼ਾਤਰ ਸੀ ਕਿ ਉਹਨਾਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਸੀਸੀਟੀਵੀ ਕੈਮਰੇ ਦੀਆਂ ਤਾਰਾਂ ਵੀ ਕੱਟ ਦਿੱਤੀਆਂ ਗਈਆਂ ਸੀ। ਤਾਂ ਜਾਣਕਾਰੀ ਅਨੁਸਾਰ ਇਸ ਇਲਾਕੇ ਦੇ ਵਿੱਚ ਲਗਾਤਾਰ ਚੋਰਾਂ ਦੇ ਵੱਲੋਂ ਦਫ਼ਤਰਾਂ ਅਤੇ ਫੈਕਟਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਦੂਸਰੇ ਪਾਸੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਤਾਂ ਫੈਕਟਰੀ ਮਾਲਕ ਨਰੇਸ਼ ਨੇ ਦੱਸਿਆ ਕਿ ਅੱਜ ਸਵੇਰੇ ਜਿਵੇਂ ਉਹ ਫੈਕਟਰੀ ਪਹੁੰਚਦੇ ਨੇ ਤਾਂ ਦੇਖਿਆ ਕਿ ਅੰਦਰ ਸਾਰਾ ਸਮਾਨ ਹੈ ਉਹ ਖਿਲ ਰਿਹਾ ਪਿਆ ਸੀ, ਖਾਸ ਕਰਕੇ ਉਹਨਾਂ ਦੀਆਂ ਮਸ਼ੀਨਾਂ ਨੂੰ ਜੋ ਕਿ ਬਿਜਲੀ ਸਪਲਾਈ ਦੀਆਂ ਤਾਰਾਂ ਸੀ ਉਹ ਵੀ ਚੋਰ ਆਪਣੇ ਨਾਲ ਲੈ ਕੇ ਫਰਾਰ ਹੋ ਗਏ ਸੀ, ਜੋ ਕਿ ਕਾਫੀ ਮਹਿੰਗਾ ਸਮਾਨ ਸੀ ਜੋ ਕਿ ਚੋਰ ਆਪਣੇ ਨਾਲ ਚੁੱਕ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਕਿ ਉਸਦੀ ਫੈਕਟਰੀ ਦੇ ਵਿੱਚ 10 ਦਿਨਾਂ ਪਹਿਲਾਂ ਹੀ ਇੱਕ ਚੋਰੀ ਹੋਈ ਸੀ। ਤਾਂ ਉੱਧਰ ਹੁਣ ਪੁਲਿਸ ਵੀ ਮਾਮਲੇ ਦੇ ਵਿੱਚ ਜੁਟ ਗਈ ਹੈ। ਤਾਂ ਉਹਨਾਂ ਕਿਹਾ ਕਿ ਲਗਾਤਾਰ ਚੋਰੀ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਨੇ ਤੇ ਇਹਨਾਂ ਮਾਮਲਿਆਂ ਨੂੰ ਗੰਭੀਰਤਾ ਦੇ ਨਾਲ ਇਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹਰ ਪਹਿਲੂ ਤੇ ਜਾਂਚ ਕੀਤੀ ਜਾਵੇਗੀ। ਰੇਲਵੇ ਰੋਡ ਬਟਾਲਾ ਮਲਟੀਪਲ ਅਟੈਂਪਟਸ ਵੀ ਹੋਈਆਂ ਨੇ, ਉਹਦੇ ਵਿੱਚ ਚੋਰੀਆਂ ਵੀ ਹੋਈਆਂ ਨੇ, ਕੋਈ ਛੋਟੀ ਹੋ ਜਾਂਦੀ ਹੈ, ਕੋਈ ਥੋੜ੍ਹੀ ਵੱਡੀ ਹੋ ਜਾਂਦੀ ਹੈ। ਤੋ ਕਾਫੀ ਸ਼ਿਕਾਇਤਾਂ ਸਨ, PCR ਨੂੰ ਐਕਟਿਵ ਤੇ ਕੀਤਾ ਸੀ, ਬਟ ਇਹ ਇਫੈਕਟਿਵ ਤੌਰ ਤੇ ਰੁਕ ਨਹੀਂ ਰਹੀ
ਤੇ ਉਹਦਾ ਮੈਂ ਇੱਕ ਵਾਰੀ ਆਪ ਜਾਇਜ਼ਾ ਲੈਣਾ ਚਾਹੁੰਦਾ ਸੀ ਕਿ ਇੱਥੇ ਲੋਕੇਸ਼ਨ ਕੀ ਹੈ, ਕਿਸ ਤਰ੍ਹਾਂ ਦੀ ਕਿਹੜੀ ਪੋਕਟ ਦੇ ਵਿੱਚ ਉਹ ਹੁੰਦੀਆਂ ਨੇ, ਉਹ ਮੈਂ ਇੱਥੇ ਜਿਹੜੇ ਜਿਨ੍ਹਾਂ ਦੇ ਚੋਰੀ ਪਹਿਲੇ ਹੋਈਆਂ ਜਾਂ ਅਤੇ ਜਿਹੜੇ ਇਲਾਕੇ ਦੇ ਮੋਹਤਵਰ ਨੇ ਉਹਨਾਂ ਨੂੰ ਨਾਲ ਲਿਜਾ ਕੇ ਸਾਰੇ ਅਸੀਂ ਰਸਤੇ ਦੇਖ ਰਹੇ ਹਾਂ ਕਿ ਪੋਸੀਬਲ ਕਿੱਧਰੋਂ ਵੇ ਆਊਟ ਹੋ ਸਕਦਾ ਉਹਨਾਂ ਦੇ ਆਉਣ ਦਾ ਜਾਂ ਜਾਣ ਦਾ ਰਸਤਾ ਹੋ ਸਕਦਾ, ਉਹ ਦੇਖ ਰਹੇ ਹਾਂ, ਫਿਰ ਉਹਦੇ ਅਕੋਰਡਿੰਗਲੀ ਅਸੀਂ ਪਲੈਨ ਕਰਾਂਗੇ, ਕਿਉਂਕਿ ਇਹ ਕਾਫੀ ਦੇਰ ਤੋਂ ਸ਼ਿਕਾਇਤ ਆ ਜੀ ਅਤੇ ਬੇਸਿਕਲੀ ਇੱਥੇ ਸਾਰੀ ਪੂਰੇ ਬਟਾਲੇ 'ਚ ਲੋਹੇ ਦਾ ਸਮਾਨ ਦਾ ਜਾਂ ਕਾਪਰ ਦਾ ਜਾਂ ਦੂਸਰੇ ਇੰਡਸਟਰੀ ਦਾ ਹੁੰਦਾ, ਉਹਦੇ ਵਿੱਚ ਛੋਟੀ ਚੋਰੀ ਵੀ ਉਹਨਾਂ ਦੇ ਬਿਜ਼ਨਸ ਨੂੰ ਇੱਕ ਦਿਨ ਲਈ ਖਿਲਾਰ ਦਿੰਦੀ ਹੈ, ਜੇ ਕੋਈ ਉਹਦੀ ਤਾਰ ਜਾਂ ਦੂਜਾ ਚੋਰੀ ਹੋ ਜਾਵੇ, ਛੋਟੀ ਚੋਰੀ ਉਹਨਾਂ ਵਾਸਤੇ ਵੱਡੀ ਬਣ ਜਾਂਦੀ, ਅਤੇ ਇਸ ਨੂੰ ਜਿਹੜਾ ਵੀ ਲੂਪ ਹੋਲ ਆ ਉਹਨੂੰ ਪਲੱਗ ਇਨ ਕਰਨਾ ਜ਼ਰੂਰੀ ਹੈ, ਅਤੇ ਉਹਦੇ ਮੁਤਲਕ ਹੀ ਮੈਂ ਆਪ ਖੁਦ ਵੇਖੂੰਗਾ।